ਲਾ ਕੇ ਪਹਿਰਾ ਰੱਖਣਾ ਜਿੰਦਾ ਚੁੱਪ ਦਾ ਬੁਲਾਉਂਦੇ ਲਾ ਕੇ ਰੱਖਣਾ ਪਿਆਰ ਦਿਲ ਚ ਲੁਕੋ ਕੇ ਪਹਿਰਾ ਸਾਡੇ ਡਬਲ ਐਨ ਨਟਖਟ ਨੰਦ ਖੁਸ਼ ਖੁਸ਼ ਹਾਂਜੀ ਹਮੇਸ਼ਾ ਹੀ ਖੁਸ਼ ਹੁੰਦਾ ਮੈਂ ਹੈਂ ਕਮਲ ਭਾਅ ਜੀ ਤਾਂ ਖੜੇ ਹੋ ਗਏ ਜੀ ਸਟੈਂਡਿੰਗ ਓਵੇਸ਼ਨ ਮਿਲ ਰਿਹਾ ਇਸ ਛੋਟੇ ਬੱਚੇ ਨੂੰ ਕਮਲ ਭਾਅ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ ਨੰਦ ਸਾਹਿਬ ਤੁਸੀਂ ਮੇਰੇ ਕੋਲ ਆਓ ਇੱਕ ਮਿੰਟ ਲਈ ਇਸ ਬੱਚੇ ਲਈ ਤਾੜੀਆਂ ਵਜਾ ਦਿਓ ਜਿੰਨੇ ਵੀ ਬੈਠੇ ਹੋ ਸਾਰੇ ਥੈਂਕ ਯੂ ਇਸ ਬੱਚੇ ਲਈ ਕਦੇ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ ਬੱਚੇ ਤੈਨੂੰ ਵੀ ਮੈਂ ਨੰਬਰ ਦੇ ਕੇ ਜਾਊਂਗਾ ਐਨੀ ਟਾਈਮ ਮੈਂ ਤੇਰੇ ਲਈ ਹਾਜ਼ਰ ਹਾਂ ਠੀਕ ਆ ਸੋ ਥੈਂਕ ਯੂ ਪੀ ਟੀ ਸੀ ਤੁਸੀਂ ਇੱਦਾਂ ਦੇ ਟੈਲੈਂਟ ਤੁਸੀਂ ਲੈ ਕੇ ਆਉਂਦੇ ਹੋ ਔਰ ਮਾਲਕ ਇਸ ਬੱਚੇ ਨੂੰ ਹੋਰ ਜ਼ਿਆਦਾ ਖੁਸ਼ੀ ਹੁੰਦੀ ਕੱਚੇ ਚੌਲ ਉਬਾਲ ਕੇ ਉੱਤੇ ਪਾਈ ਖੰਡ ਕੱਚੇ ਚੌਲ ਉਬਾਲ ਕੇ ਉੱਤੇ ਪਾਈ ਖੰਡ ਅੱਜ ਫਿਰ ਕਮਾਲ ਕਰਤੀ ਨੰਦ ਪਰਮਾਤਮਾ ਤੈਨੂੰ ਖੁਸ਼ ਰੱਖੇ ਔਲਵੇਜ਼ ਬਹੁਤ ਪਿਆਰਾ ਯਾਰ ਤੂੰ ਕਮਲ ਇੱਕ ਗੱਲ ਦੱਸਦੇ ਜਦੋਂ ਨਾ ਇਹ ਆਡੀਸ਼ਨ ਦੇਣ ਆਇਆ ਸੀ ਆਡੀਸ਼ਨ ਦੇਣ ਆਇਆ ਤਾਂ ਫੋਰਮ ਭਰਨਾ ਉਹਦੇ ਵਾਸਤੇ ਸਾਰਾ ਕੁਛ ਨਾਮ ਲਿਖਣਾ ਪੇਰੈਂਟਸ ਨੇਮ ਸਾਰਾ ਕੁਛ ਲਿਖਣਾ ਤਾਂ ਇਹਨੇ ਲਿਖਿਆ ਨੰਦ ਇਹਨੂੰ ਪੁੱਛਿਆ ਗਿਆ ਕਿ ਅੱਗੇ ਸਿੰਘ ਕੌਰ ਕੁਮਾਰ ਕੁਛ ਤਾਂ ਲਿਖੇਗਾ ਨਾ ਤੁਸੀਂ ਕੌਣ ਹੁੰਦੇ ਹੋ ਕਹਿੰਦਾ ਜੀ ਅਸੀਂ ਗਰੀਬ ਹੁੰਦੇ ਹਾਂ ਤੂੰ ਗਰੀਬ ਨਹੀਂ ਆ ਪੁੱਤਰ ਤੇਰੇ ਅੰਦਰ ਅਮੀਰੀ ਭਰੀ ਹੋਈ ਹੈ ਤੇਰੀ ਕਲਾ ਦੀ ਅਸੀਂ ਸਾਰੇ ਭਰਾ ਤੇਰੇ ਨਾਲ ਸਾਰੇ ਭਰਾ ਤੂੰ ਸਭ ਤੋਂ ਵਧੀਆ ਬੱਚਾ ਹੈ ਤੇ ਸਭ ਤੋਂ ਅੱਛੀ ਸਮਾਈਲ ਹੈ ਤੇਰੀ ਸਭ ਤੋਂ ਸੋਹਣਾ ਹੈ ਸਭ ਤੋਂ ਕਿਊਟ ਹੈ ਤੂੰ ਲੈ ਫਿਰ ਕਿੱਟੂ ਭਾਜੀ ਲਵ ਯੂ ਭਾਜੀ ਤੁਹਾਡੀ ਅੱਖਾਂ 'ਚ ਹੰਝੂ ਹਾਂਜੀ ਓਹੋ ਮਿਊਜ਼ੀਸ਼ੀਅਨਸ ਵੀ ਸਾਡੇ ਇਮੋਸ਼ਨਲ ਹੋ ਗਏ ਨੇ ਜੀ ਸਾਰਾ ਮਾਹੌਲ ਇੱਥੇ ਇਮੋਸ਼ਨਲ ਕਰ ਦਿੱਤਾ ਇਹਨਾਂ ਨੇ ਮੈਂ ਵਾਅਦਾ ਕਰਦਾ ਹਾਂ ਆ ਟੀਮ ਮੇਰੀ ਸਾਰੀ ਨਾਲ ਬੈਠੀ ਹੈ ਮਾਲਕ ਦੀ ਰਹਿਮਤ ਚਾਹੀਦੀ ਹੈ ਜਿਵੇਂ ਪ੍ਰਿੰਸ ਬੈਠਣ ਦੇ ਸਾਹਮਣੇ ਪੁੱਤ ਇੱਦਾਂ ਤੈਨੂੰ ਸਟਾਰ ਬਣਾਵਾਂਗੇ ਅੱਜ ਤੋਂ ਤੂੰ ਮੇਰਾ ਪੁੱਤ ਹੈ ਮੇਰਾ ਬੱਚਾ
ਤੈਨੂੰ ਮੈਂ ਅਡਾਪਟ ਕੀਤਾ ਅਸੀਂ ਨਾਲ ਵੋਇਸ ਆਫ ਪੰਜਾਬ ਦੀ ਹਿਸਟਰੀ ਦੇ ਵਿੱਚ ਫਸਟ ਟਾਈਮ ਹੋਣ ਜਾ ਰਿਹਾ ਕਿ ਅੱਜ ਸਾਡੇ ਮਿਊਜ਼ੀਸ਼ੀਅਨਸ ਇਹ ਮੰਚ ਦੇ ਉੱਤੇ ਆਏ ਨੇ ਇੰਨੇ ਇਮੋਸ਼ਨਲ ਹੋ ਗਏ ਨੰਦ ਦੀ ਗਾਇਕੀ ਤੋਂ ਥੈਂਕ ਯੂ ਸੋ ਮਚ ਮਜੀਸ਼ੀਅਨਸ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਥੈਂਕ ਯੂ ਸੋ ਮਚ ਕਿੱਟੂ ਭਾਅ ਜੀ, ਥੈਂਕ ਯੂ ਸੋ ਮਚ ਜੱਜਿਜ਼।